ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਦੇ ਉਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਵੀਡੀਓ ਚੰਗੀ ਲੱਗੀ ਬਾਅਦ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਜੇਕਰ ਚੰਗੀ ਲੱਗੀ ਆਪਣੇ ਦੋਸਤਾਂ ਨਾਲ ਜਾਂ WhatsApp ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਨੀਚੇ ਸ਼ੇਅਰ ਬਟਨ ਤੇ ਕਲਿੱਕ ਕਰੋਗੇ ਸਿੱਧਾ ਲਿੰਕ ਵੀਡੀਓ ਦਾ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਦੋਸਤੋ ਅੱਜ ਤੁਹਾਨੂੰ ਕਾਫੀ ਨੋਟੀਫਿਕੇਸ਼ਨ ਜਿਹੜੇ ਅੱਜ ਨਿਊਜ਼ਪੇਪਰ ਦੇ ਵਿੱਚ ਆਊਟ ਹੋਏ ਸੀਗੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਦੇਣ ਲੱਗਾ ਤੇ ਇਹਨਾਂ ਨੋਟੀਫਿਕੇਸ਼ਨਸ ਦੇ ਵਿੱਚ ਵਾਕਰ ਇੰਟਰਵਿਊ ਆ ਦੋਸਤੋ ਵਾਕ ਇੰਟਰਵਿਊ ਤੋਂ ਭਾਵ ਹੈ ਕਿ ਸਿੱਧੀ ਇੰਟਰਵਿਊ ਹੈ ਕੋਈ ਟੈਸਟ ਵਗੈਰਾ ਨਹੀਂ ਹੈਗਾ ਤੇ ਉਹ ਤੁਹਾਨੂੰ ਦੱਸਦੇ ਆ ਕਿੱਥੇ-ਕਿੱਥੇ ਆ ਕੀ-ਕੀ ਸ਼ਰਤਾਂ ਨੇ ਉਹ ਵੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਦੋਸਤੋ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਸਰ ਸਾਹਿਬ ਵੱਲੋਂ ਨੋਟਿਸ ਆਇਆ ਦੋਸਤੋ ਰਿਕਰੂਟਮੈਂਟ ਨੋਟਿਸ ਤੇ ਵਾਕਨ ਇੰਟਰਵਿਊ ਰੱਖੀ ਗਈ ਆ ਦੋਸਤੋ ਵਲੰਟੀਅਰ ਦੀ ਭਰਤੀ ਕੀਤੀ ਜਾਣੀ ਆ ਤੇ ਵਲੰਟੀਅਰ ਰੱਖੇ ਜਾਣੇ ਆ ਜੀ ਕੋਵਿਡ ਕੇਅਰ ਸੈਂਟਰ ਬਣਿਆ ਹੋਇਆ ਮੁਕਸਰ ਸਾਹਿਬ ਦੇ ਵਿੱਚ ਉੱਥੇ ਰੱਖੇ ਜਾਣੇ ਆ ਆਰਜੀ ਤੌਰ ਤੇ ਵਲੰਟੀਅਰ ਇਹ ਪਹਿਲਾਂ ਹੀ ਦੱਸ ਦਵਾਂ ਕਿ ਜਿੰਨੀਆਂ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲਣਗੀਆਂ ਇਹ ਜਿੰਨੀਆਂ ਵੀ ਪੋਸਟਾਂ ਹੋਣਗੀਆਂ ਇਹ ਆਰਜੀ ਪੋਸਟਾਂ ਹੋਣਗੀਆਂ ਭਾਵ ਕਿ ਵਲੰਟੀਅਰ ਬੇਸਿਸ ਤੇ ਹੋਣਗੀਆਂ ਕੋਈ ਰੈਗੂਲਰ ਹੋਣ ਦਾ ਹੱਕ ਨਹੀਂ ਹੈਗਾ ਠੀਕ ਹੈ ਜੀ ਇਹ ਜੇਕਰ ਕੋਈ ਵਿੱਲਾ ਕਰ ਤਾਂ ਉਹ ਜ਼ਰੂਰ ਜੁਆਇਨ ਕਰ ਸਕਦਾ ਤੇ ਇਹਦੇ ਵਿੱਚ ਤੁਹਾਨੂੰ ਸੈਲਰੀ ਵੀ ਮਿਲੇਗੀ ਦੋਸਤੋ ਤੇ ਇੰਟਰਵਿਊ ਦੀ ਡੇਟ ਹੈ ਜੀ 29 6 2020 ਸਮਾਂ ਸਵੇਰੇ 10 ਵਜੇ ਦਾ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਵਿਖੇ ਭਰਤੀ ਆ। ਉੱਥੇ ਤੁਸੀਂ ਪਹੁੰਚ ਜਾਣਾ ਆਪਣੇ origignal ਪਲੱਸ ਫੋਟੋ ਕਾਪੀਜ਼ ਡਾਕੂਮੈਂਟਸ ਵਗੈਰਾ ਲੈ ਕੇ ਤੇ ਨਾਲ ਫੋਟੋ ਵਗੈਰਾ ਲੈ ਜਾਣੀਆਂ ਨੇ ਆਪਣੀਆਂ। ਤੇ ਪੋਸਟਾਂ ਨੋਟ ਕਰ ਲਓ ਕਿਹੜੀਆਂ-ਕਿਹੜੀਆਂ ਸਭ ਤੋਂ ਪਹਿਲਾਂ ਐਲੋਪੈਥਿਕ ਡਾਕਟਰ ਤੇ 1,10,000 ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਣੀ ਆ, ਐਮਬੀਬੀਐਸ ਕੀਤੀ ਹੋਵੇ। ਡੈਂਟਲ ਡਾਕਟਰ 80,000 ਰੁਪਏ ਪ੍ਰਤੀ ਮਹੀਨਾ ਬੀਡੀਐਸ ਕੀਤੀ ਹੋਵੇ। ਆਯੁਰਵੈਦਿਕ ਮੈਡੀਕਲ ਅਫਸਰ 60,000 ਰੁਪਏ ਪ੍ਰਤੀ ਮਹੀਨਾ ਬੀਏ ਐਮਐਸ ਕੀਤੀ ਹੋਵੇ ਪੈਰਾਮੈਡੀਕਲ ਸਟਾਫ ਜਿਹਦੇ ਵਿੱਚ ਕੀ ਕੀ ਆ ਜਾਂਦਾ ਜੀ ਨਰਸ ਲੈਬ ਟੈਕਨੀਸ਼ੀਅਨ ਫਾਰਮੇਸੀ ਅਫਸਰ ਇਹ ਪੈਰਾਮੈਡੀਕਲ ਸਟਾਫ ਦੀ ਭਰਤੀ ਆ ਤੇ ਇਹਦੇ ਵਿੱਚ 35000 ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਣੀ ਆ ਤੇ ਨਰਸ ਲਈ ਜੀਐਨਐਮ ਕੀਤੀ ਹੋਵੇ ਲੈਬ ਟੈਕਨੀਸ਼ੀਅਨ ਲਈ ਡੀਐਮਐਲਟੀ ਤੇ ਫਾਰਮੇਸੀ ਅਫਸਰ ਲਈ ਡੀ ਫਾਰਮੇਸੀ ਕੀਤੀ ਹੋਵੇ ਤੇ ਅੱਗੇ ਦੋਸਤੋ ਵਾਰਡ اٹੈਂਡੈਂਟ ਇਹਦੇ ਵਿੱਚ ਤੁਹਾਨੂੰ 25000 ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਣੀ ਆ ਤੇ ਪਲੱਸ 2 ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਪੋਸਟਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ ਕਿੰਨੀਆਂ ਪੋਸਟਾਂ ਨੇ ਤੇ ਬਾਕੀ ਜੇ ਡਿਟੇਲ ਨੋਟਿਸ ਤੁਹਾਨੂੰ ਦੱਸ ਹੀ ਦਿੱਤਾ ਡਿਗਰੀ ਆ ਜਿਹੜੀ ਕੋਈ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਆ ਪੋਸਟਾਂ ਨੂੰ ਮੌਕੇ ਤੇ ਲੋੜ ਅਨੁਸਾਰ ਘਟਾਇਆ ਵਧਾਇਆ ਜਾ ਸਕਦਾ ਤੇ ਐਡਰੈਸ ਹੈ ਜੀ ਵਧੀਕ ਡਿਪਟੀ ਕਮਿਸ਼ਨਰ ਜੱਜਾ ਠੀਕ ਹੈ ਇੱਥੇ ਤੁਸੀਂ ਪਹੁੰਚ ਜਾਣਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਅੱਗੇ ਦੋਸਤੋ ਗੱਲ ਕਰਦੇ ਆ ਨੈਕਸਟ ਨੋਟੀਫਿਕੇਸ਼ਨ ਦੀ ਨੈਕਸਟ ਨੋਟੀਫਿਕੇਸ਼ਨ ਆ ਦੋਸਤੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਤੇ ਐਸਬੀਐਸ ਨਗਰ ਕਹਿੰਦੇ ਆ ਜਿਹਨੂੰ ਤੇ ਇਹਦੇ ਵਿੱਚ ਵੀ ਦੋਸਤੋ ਕੋਵਿਡ ਕੇਅਰ ਸੈਂਟਰ ਬਣਿਆ ਹੋਇਆ ਇੱਥੇ ਵੀ ਭਰਤੀ ਕੀਤੀ ਜਾਣੀ ਆ ਵਾਕਰ ਇੰਟਰਵਿਊ ਰੱਖੀ ਗਈ ਆ ਜੀ ਸਭ ਤੋਂ ਪਹਿਲਾਂ ਡਾਕਟਰ ਦੀ ਆ ਐਮਬੀਬੀਐਸ ਬੀਡੀਐਸ ਏਐਮਓ ਦੇ ਲਈ 29 6 2020 ਸਵੇਰੇ 11 ਵਜੇ ਇੰਟਰਵਿਊ ਆ ਤੇ ਐਡਰੈਸ ਨੋਟ ਕਰ ਲਓ ਸਿਵਲ ਸਰਜਨ ਆਫਿਸ ਐਸਬੀਐਸ ਨਗਰ ਦੇ ਵਿੱਚ ਆ ਸਟਾਫ ਨਰਸ ਦੇ ਲਈ 29 6 2020 ਸਵੇਰੇ 11 ਵਜੇ ਇੰਟਰਵਿਊ ਆ ਇਹਨਾਂ ਦੇ ਲਈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਆ ਜੀ ਵਾਕਨ ਇੰਟਰਵਿਊ ਲੈਬ ਟੈਕਨੀਸ਼ੀਅਨ ਦੇ ਲਈ 29 6 2020 ਸਮਾਂ ਸਵੇਰੇ 11 ਵਜੇ ਸਿਵਲ ਸਰਜਨ ਆਫਿਸ ਐਸ ਬੀ ਐਸ ਨਗਰ ਫਾਰਮਾਸਿਸਟ ਦੇ ਲਈ 29 6 2020 ਸਿਵਲ ਸਰਜਨ ਆਫਿਸ ਐਸ ਬੀ ਐਸ ਨਗਰ ਤੇ ਵਾਰਡ ਅਟੈਂਡੈਂਟ ਦੇ ਲਈ 30 6 2020 ਐਡਰੈਸ ਹੈ ਜੀ گورਨਮੈਂਟ ਸੀਨੀਅਰ ਸਕੈਂਡ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੇ ਇਹ ਵੀ ਦੋਸਤੋ ਵਲੰਟੀਅਰ ਬੇਸਿਸ ਤੇ ਨੇ ਫਿਕਸਡ ਸੈਲਰੀ ਮਿਲਣੀ ਹੈ ਇਹਦੇ ਵਿੱਚ ਵੀ ਇਹ ਵੀ ਡਿਪਟੀ ਕਮਿਸ਼ਨਰ ਵੱਲੋਂ ਨੇ ਕੁਆਲਿਫੀਕੇਸ਼ਨ ਪਿਛਲੀ ਆ ਪਿਛਲੀ ਭਰਤੀ ਵਾਂਗੂ ਸੇਮ ਰਹੇਗੀ ਇਸ ਤੋਂ ਇਲਾਵਾ ਦੋਸਤੋ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵੀ ਭਰਤੀ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਇਹਦੇ ਵਿੱਚ ਦੋਸਤੋ ਕੋਵਿਡ ਕੇਅਰ ਸੈਂਟਰ ਇਹਨਾਂ ਦਾ ਵੀ ਬਣਿਆ ਹੋਇਆ ਹੈ ਮਾਨਸਾ ਦੇ ਵਿੱਚ ਤੇ ਇੱਥੇ ਦੋਸਤੋ 36 2020 ਨੂੰ ਸਵੇਰੇ 9 ਵਜੇ ਦਫਤਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਵਾਕਨ ਇੰਟਰਵਿਊ ਹੈ ਜਿਹੜੀ ਰੱਖੀ ਗਈ ਆ ਇਹਦੇ ਵਿੱਚ ਵੀ ਦੋਸਤੋ ਸੇਮ ਪੋਸਟਾਂ ਜੀ ਯੈਲੋਪੈਥਿਕ ਡਾਕਟਰ ਡੈਂਟਲ ਡਾਕਟਰ ਆਯੁਰਵੈਦਿਕ ਮੈਡੀਕਲ ਅਫਸਰ ਪੈਰਾਮੈਡੀਕਲ ਸਟਾਫ ਜਿਹਦੇ ਵਿੱਚ ਨਰਸ ਲੈਬ ਟੈਕਨੀਸ਼ੀਅਨ ਫਾਰਮੇਸੀ ਅਫਸਰ ਤੇ ਕੁਆਲੀਫਿਕੇਸ਼ਨ ਸੇਮ ਰਹੇਗੀ ਦੋਸਤੋ ਵਾਰਡ اٹੈਂਡੈਂਟ ਦੀ ਦੇ ਲਈ ਪਲੱਸ 2 ਬਾਕੀ ਜੋ ਵੀ ਕੁਆਲੀਫਿਕੇਸ਼ਨ ਤੁਹਾਨੂੰ ਪਹਿਲਾਂ ਦੱਸੀ ਸੀ ਉਹ ਵੀ ਸੇਮ ਰਹੇਗੀ ਇਹਦੇ ਵਿੱਚ ਤੇ ਐਡਰੈਸ ਹੈ ਜੀ ਦਫਤਰ ਡਿਪਟੀ ਕਮਿਸ਼ਨਰ ਮਾਨਸਾ ਤੇ ਇਹ ਵੀ ਦੋਸਤੋ ਵਲੰਟੀਅਰ ਬੇਸਿਸ ਤੇ ਭਰਤੀ ਹੈ ਤਾਂ ਇਹ ਸਾਰੀਆਂ ਭਰਤੀਆਂ ਵਲੰਟੀਅਰ ਬੇਸਿਸ ਤੇ ਨੇ ਜਿੰਨੇ ਵੀ ਕੈਂਡੀਡੇਟਸ ਦੀ एलिਜੀਬਿਲਟੀ ਕ੍ਰਾਈਟੇਰੀਆ ਦੇ ਵਿੱਚ ਆ ਰਿਹਾ ਇੰਟਰਵਿਊ ਟੈਂਡ ਜ਼ਰੂਰ ਕਰੋ ਠੀਕ ਹੈ ਜੀ ਕਿਉਂਕਿ ਕਾਫੀ ਅੱਛੀ ਸੈਲਰੀ ਇਹਦੇ ਵਿੱਚ ਦਿੱਤੀ ਜਾ ਰਹੀ ਹੈ ਤੇ ਸਾਡੇ ਵੱਲੋਂ 올 ਦੀ ਬੈਸਟ ਹੈ ਸਾਰੇ ਹੀ ਕੈਂਡੀਡੇਟਸ ਨੂੰ ਜੇਕਰ ਐਦਾਂ ਦੀਆਂ ਜਾਣਕਾਰੀਆਂ ਇਨ ਫਿਊਚਰ ਚਾਹੁੰਦੇ ਹੋ ਤਾਂ WhatsApp ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਾਇਆ ਕਰੋ ਆਪਣੇ ਦੋਸਤਾਂ ਨਾਲ ਆਪਣੇ ਦੋਸਤ ਮਿੱਤਰਾਂ ਰਿਸ਼ਤੇਦਾਰਾਂ ਨਾਲ ਤਾਂ ਕਿ ਸਪਰੈਡ ਹੋ ਸਕੇ ਜਾਣਕਾਰੀ ਅੱਗੇ ਤੋਂ ਅੱਗੇ ਤੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕੇ ਤੇ ਬਾਕੀ ਜਾਣਕਾਰੀਆਂ ਲਈ ਜੁੜੇ ਰਹਿਣਾ ਦੋਸਤੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ